ਜਿਹੜੇ ਹੋਰ ਛੇਤੀ ਆ ਜਾਣ। ਹੁਣ ਭਾਗਾ ਕੱਢਣਾ ਆਪਾਂ ਨੇ, ਵੱਧ ਬੋਲਣਾ, ਸਗੋਂ ਵੱਧ ਲਾਹਾ ਲੈਣਾ ਵੀ ਜਿੰਨਾ ਪਿੱਛੇ ਗਾਇਬ ਪੈ ਗਿਆ ਉਹ ਪੂਰਾ ਕਰੀਏ ਆਪਾਂ, ਉਹਨਾਂ ਵੱਧ ਸਿਮਰਨ ਕਰੀਏ, ਲਾਹਾ ਲਈਏ। ਸੋ ਗੁਰੂ ਪਿਆਰਿਓ ਸਤਿਗੁਰ ਬਖਸ਼ਿਸ਼ ਕਰਨ। ਸੋ ਚੱਲਦੀ ਸੀ ਗੱਲ ਮੌਤ ਦੀ, ਭਾਈ ਜ਼ਰੂਰ ਮਰਨਾ, ਜ਼ਰੂਰ ਜਾਣਾ, ਪਰ ਉਹਦੇ ਨਾਲ ਜੁੜੇ ਰਹੋ ਅਤੇ ਸੌਖੀ ਮੌਤ ਆਊਗੀ, ਸੌਖੇ ਸੌਖੇ ਸੰਸਾਰ ਤੋਂ ਸੁਰਖਰੂ ਹੋ ਕੇ ਜਾਵਾਂਗੇ, ਉਹਦੇ ਬਣ ਜਾਓ ਰੱਬ ਦੇ ਗੁਰੂ ਦੇ। ਸੋ ਗੁਰੂ ਸਾਹਿਬ ਜੀ ਲੈ ਕੇ ਉਹ ਨਗਰ ਦੇ ਕੋਲ ਚਲੇ ਗਏ, ਬੜਾ ਸੁੰਦਰ ਜੜਿਆ ਹੋਇਆ ਨਗਰਾਂ ਦੇ ਨਾਲ, ਸੋਨੇ ਦੇ ਘਰ ਬਣੇ ਹੋਏ ਨੇ, ਬਾਹਲਾ ਹੀ ਸੁੰਦਰ ਹੈ। ਉੱਚੀ ਅਟਾ ਕਲਸਮਨ ਭਾਵਨ, ਉੱਚੀਆਂ ਉੱਚੀਆਂ ਅਟਾਰੀਆਂ, ਉਹਨਾਂ 'ਤੇ ਕਲਸ਼ ਚੜ੍ਹੇ ਹੋਏ ਨੇ। ਦਰਬਾਰ ਤੋਰਨ ਵਧੀ ਸੁਹਾਵਣ, ਦਰਵਾਜ਼ਿਆਂ ਉੱਤੇ ਫੁੱਲਾਂ ਅਤੇ ਪੱਤਿਆਂ ਦੇ ਹਾਰ ਟੰਗੇ ਹੋਏ ਨੇ, ਬੰਨੇ ਹੋਏ ਨੇ। ਜਿਵੇਂ ਆਪਾਂ ਬਾਂਦਰ ਵਾਲੀਆਂ ਬੰਨ ਲੈਂਦੇ, ਆਪਾਂ ਤਾਂ ਕਦੇ ਹੀ ਬੰਨਦੇ, ਖੁਸ਼ੀ ਦਾ ਸਮਾਂ ਆਵੇ, ਬੱਚਾ ਆਵੇ, ਉੱਥੇ ਪੱਕੀਆਂ ਬੰਨੀਆਂ ਹੋਈਆਂ ਨੇ ਹਮੇਸ਼ਾ ਵਾਸਤੇ। ਚੰਦਨ ਕੇ ਕਪਾਟ ਵੱਡ ਸੋਭਾ, ਹੁਣ ਸੁਣਿਓ, ਜਿਹੜੇ ਦਰਵਾਜ਼ੇ ਲੱਗੇ ਨੇ ਘਰਾਂ ਨੂੰ, ਉਹ ਚੰਦਨ ਦੀ ਲੱਕੜੀ ਦੇ ਲੱਗੇ ਹੋਏ ਨੇ। ਅਜਖੇ ਆਖੋ ਸਤਨਾਮ, ਜਿਹੜੀ ਤੋਲਿਆਂ ਦੇ ਭਾਅ 'ਚ ਵਿਕਦੀ ਹੈ, ਜਿਹਦੀ ਵਾਸ਼ਨਾ ਦੂਰ ਦੂਰ ਤੱਕ ਜਾਂਦੀ ਹੈ, ਉੱਥੇ ਫਿਰ ਅਗਰਬੱਤੀਆਂ ਲਾਉਣ ਦੀ ਲੋੜ ਨਹੀਂ, ਜਿੱਥੇ ਚੰਦਨ ਹੋਵੇ ਉੱਥੇ ਸੈਂਟ ਛਿੜਕਣ ਦੀ ਲੋੜ ਨਹੀਂ, ਉਹਦੀ ਵਾਸ਼ਨਾ ਇੰਨੀ ਹੈ। ਚੰਦਨ ਦੇ ਦਰਵਾਜ਼ੇ ਚੜ੍ਹੇ ਹੋਏ ਨੇ। ਜਿਨ ਕੋ ਪਿਖ ਦੇਵਨ ਮਨ ਲੋਭਾ, ਕਹਿੰਦੇ ਇੰਨੀ ਸੋਭਾ ਬਣੀਆਂ ਵੀ ਦੇਵਤੇ ਵੀ ਸੁਣ ਕੇ ਹੈਰਾਨ ਹੋ ਜਾਣ, ਦੇਖ ਕੇ ਦੇਵਤਿਆਂ ਦਾ ਮਨ ਲੁਭਾਏ, ਮਨ ਹੋ ਜਾਵੇ ਵੀ ਸਾਨੂੰ ਇਹੋ ਜਿਹਾ ਘਰ ਚਾਹੀਦਾ, ਕਹਿੰਦੇ ਦੇਵਤੇ ਵੀ ਹੈਰਾਨ ਹੋ ਜਾਣ, ਇੰਨਾ ਸੁੰਦਰ ਸ਼ਹਿਰ ਵਸਾਇਆ, ਇਹ ਧਰਤੀ 'ਤੇ ਪਤਾ ਨਹੀਂ ਕਿੱਥੇ ਕੀ ਵਸਿਆ ਗੁਰਮੁਖੋ, ਆਪਾਂ ਨੂੰ ਪਤਾ ਹੀ ਨਹੀਂ, ਪਤਾ ਨਹੀਂ ਕੀ ਵਸਾ ਰੱਖਿਆ ਉਹਨੇ, ਦੁਨੀਆ ਪਰੇ ਤੋਂ ਪਰੇ ਪਈ ਹੈ। ਚੌ ਪਈ ਜਗਮਗ ਚਮਤਕਾਰ ਛੱਪ ਪਾਈ, ਮਨੋ ਚੜੇ ਬਹੁਤੇ ਦਿਨ ਰਾਈ, ਕਹਿੰਦੇ ਇੰਨੀ ਚਮਤਕਾਰ, ਇੰਨੀ ਸੋਭਾ, ਇੰਨੀ ਚਮਕਾਰ, ਚਮਕ ਹੈ ਇੰਨਾ, ਕਹਿੰਦੇ ਲਿਸ਼ਕਾਰੇ ਪੈਂਦੇ ਨੇ, ਜਗਮਗ ਹੋ ਰਹੀ ਹੈ, ਜਿਵੇਂ ਕਹਿੰਦੇ ਵੀ ਇਕੱਠੇ ਕਿੰਨੇ ਸੂਰਜ ਚੜ੍ਹ ਪਏ ਹੋਣ, ਇੰਨੀ ਰੋਸ਼ਨੀ, ਇੰਨਾ ਚਮਕਾਰ ਆ, ਇੰਨੀ ਸੋਭਾ। ਪਹੁੰਚੇ ਜਬ ਤੇ ਨਗਰ ਸਮੀਪਾ, ਜਦੋਂ ਤੁਰਦੇ ਤੁਰਦੇ ਸਮੀਪਾ ਕਹੀਏ ਨੇੜੇ, ਉਸ ਪਿੰਡ ਦੇ ਸਤਿਗੁਰ ਨੇੜੇ ਪਹੁੰਚ ਗਏ ਨੇ। ਬੈਠੇ ਸ੍ਰੀ ਬੇਦੀ ਕੁਲ ਦੀਪਾ, ਫਿਰ ਉੱਥੇ ਸਤਿਗੁਰ ਜੀ ਬਾਹਰ ਇੱਕ ਜਗ੍ਹਾ ਵੇਖ ਕੇ ਬੈਠ ਗਏ। ਇੱਥੇ ਇੱਕ ਨੋਟ ਕਰਿਓ ਵੀ ਸਤਿਗੁਰ ਜੀ ਕਦੇ ਵੀ ਆਪਣੇ ਆਪ ਸਿੱਧੇ ਕਿਸੇ ਨਗਰ 'ਚ ਨਹੀਂ ਸੀ ਜਾਂਦੇ, ਬਾਹਰ ਹੀ ਬੈਠਣਾ, ਕਿਸੇ ਦਰਖਤ ਥੱਲੇ ਬਹਿ ਜਾਣਾ, ਜਦ ਕੋਈ ਆਊ ਨਗਰ ਵਾਲਾ ਕੋਈ ਬੇਨਤੀ ਕਰਕੇ ਲੈ ਕੇ ਜਾਣਗੇ, ਜਾਂ ਕਿਸੇ ਨੂੰ ਤਾਰਨਾ ਵੀ ਉਹਨੂੰ ਮਿਲਣਾ, ਨਹੀਂ ਆਏ ਸਤਿਗੁਰ ਆਪਣੇ ਆਪ ਵੀ ਕਿਤੇ ਘਰ ਜਾ ਕੇ ਖੜ੍ਹ ਗਏ, ਮਹਾਰਾਜ ਕਿਹੜਾ ਕੋਈ ਮੰਗਣਾ ਸੀ ਭਾਈ, ਐਨ ਸੀ ਜਾਂਦੇ ਮਹਾਰਾਜ, ਕਈ ਕਈ ਦਿਨ ਵੀ ਬੈਠੇ ਰਹਿੰਦੇ ਸੀ, ਦੇਖਦੇ ਸੀ ਵੀ ਇੱਥੇ ਵੀ ਕੋਈ ਰੱਬ ਨੂੰ ਮੰਨਣ ਵਾਲਾ ਹੈ, ਇੱਥੇ ਵੀ ਕੋਈ ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਹੈ, ਹੈ ਕੋਈ ਇੱਥੇ ਦਰਦੀ, ਕੋਈ ਪੁੱਛਣ ਵਾਲਾ ਜੀ ਰੋਟੀ ਖਾਣੀ ਹੈ ਜੀ ਕਿ ਨਹੀਂ ਪਾਣੀ ਪੀਣਾ, ਪਹਿਲਾਂ ਬਾਹਰ ਬਹਿ ਜਾਣਾ ਮਹਾਰਾਜ ਨੇ। ਇੱਕ ਗੱਲ ਨੋਟ ਕਰਿਓ ਗੁਰਮੁਖੋ, ਬਹੁਤ ਪਤੇ ਦੀ ਗੱਲ ਹੈ, ਹੁਣ ਆਪਾਂ ਸਾਰਿਆਂ ਨੂੰ ਪਤਾ ਵੀ ਗੁਰੂ ਨਾਨਕ ਨੇ ਸਿੱਖੀ ਪੈਦਾ ਕੀਤੀ, ਪਤਾ ਨਾ ਆਪਾਂ ਨੂੰ, ਸਭ ਕਹਿੰਦੇ ਹਾਂ ਵੀ ਸਿੱਖੀ ਗੁਰੂ ਨਾਨਕ ਨੇ ਪੈਦਾ ਕੀਤੀ ਹੈ, ਪਰ ਸਾਰਾ ਇਤਿਹਾਸ ਪੜ੍ਹ ਲਿਓ
ਤੁਹਾਡੀ ਕਿਰਪਾ ਨਾਲ ਆਪਾਂ ਇੱਥੇ ਸੂਰਜ ਪ੍ਰਕਾਸ਼ ਦੀ ਕਥਾ ਵੀ ਕੀਤੀ ਹੈ, ਪੰਥ ਪ੍ਰਕਾਸ਼ ਦੀ ਕਥਾ ਵੀ ਕੀਤੀ ਹੈ, ਬਾਣੀ ਦੀ ਕਥਾ ਜਿੰਨੀ ਕਰਾਈ ਉਹ ਵੀ ਹੁੰਦੀ ਰਹੀ, ਆਹ ਹੁਣ ਵੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਿਓ, ਵਿਚਾਰ ਕੇ, ਤੁਹਾਨੂੰ ਇੱਕ ਜਗ੍ਹਾ ਪ੍ਰਮਾਣ ਨਹੀਂ ਮਿਲਣਾ ਵੀ ਗੁਰੂ ਨਾਨਕ ਨੇ ਕਿਸ ਨੂੰ ਆਖਿਆ ਹੋਵੇ ਮੇਰਾ ਸਿੱਖ ਬਣ ਜਾ। ਇੱਕ ਬੰਦੇ ਨੂੰ ਪੂਰੇ ਸੰਸਾਰ 'ਚ ਨਹੀਂ ਆਖਿਆ ਕਿ ਮੇਰਾ ਸਿੱਖ ਬਣ ਜਾ, ਨਹੀਂ ਆਖਿਆ ਆਪਦੇ ਮੂੰਹ ਤੋਂ, ਅਤੇ ਸਿੱਖ ਸਾਰਾ ਸੰਸਾਰ ਹੀ ਬਣ ਗਿਆ। ਮੁਸਲਮਾਨ ਕਹੇ ਸੀ ਇਹ ਤਾਂ ਪੀਰ ਹੀ ਸਾਡਾ, ਹਿੰਦੂ ਕਹਿੰਦੇ ਨਹੀਂ ਨਹੀਂ ਇਹ ਤਾਂ ਗੁਰੂ ਸਾਡਾ, ਸਾਰੇ ਹੀ ਮੰਨਣ, ਸਾਰੇ ਹੀ ਸਤਿਕਾਰ ਕਰਨ। ਇੱਕ ਹੁਣ ਕੈਲੰਡਰ ਬਣਿਆ ਆਉਂਦਾ, ਉਹਦੇ ਉੱਤੇ ਲਿਖਿਆ ਹੋਵੇ ਕਿਹੜੇ ਮੁਲਕ 'ਚ ਗੁਰੂ ਨਾਨਕ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਆਪਦੀ ਬੋਲੀ 'ਚ ਅਲੱਗ ਨਾਂ ਰੱਖਿਆ ਹੋਇਆ ਉਹਨਾਂ ਨੇ ਗੁਰੂ ਨਾਨਕ ਦਾ, ਕਿਤੇ ਨਾਨਕ ਲਾਮਾ ਰੱਖਿਆ, ਕਿਤੇ ਹੋਰ ਨਾਂ ਅਲੱਗ ਅਲੱਗ ਮੁਲਕਾਂ ਦੇ, ਮੇਰੇ ਕੋਲ ਹੈਗਾ ਪੋਸਟਰ ਉਹ ਲੰਗਰਾਂ 'ਚ ਲਾਇਆ ਹੋਇਆ। ਹਰੇਕ ਮੁਲਕ ਨੇ ਅਲੱਗ ਅਲੱਗ ਆਪਣੀ ਭਾਸ਼ਾ ਮੁਤਾਬਕ ਗੁਰੂ ਨਾਨਕ ਦੇ ਨਾਂ ਰੱਖੇ ਨੇ, ਪਰ ਮੰਨਦੇ ਗੁਰੂ ਨਾਨਕ ਨੂੰ ਹੀ ਨੇ, ਯਾਦ ਗੁਰੂ ਨਾਨਕ ਨੂੰ ਕਰਦੇ ਨੇ। ਦੁਨੀਆ ਸਿੱਖ ਬਣ ਗਈ, ਪਰ ਇੱਕ ਨੂੰ ਬੰਦੇ ਨੂੰ ਨਹੀਂ ਕਿਹਾ ਕਿ ਮੇਰਾ ਸਿੱਖ ਬਣ ਜਾ, ਫਿਰ ਉਹ ਸਿੱਖ ਬਣੇ ਕਿਵੇਂ, ਫਿਰ ਬਣੇ ਕਿਵੇਂ ਜੇ ਗੁਰੂ ਨਾਨਕ ਨੇ ਕਿਹਾ ਹੀ ਨਹੀਂ ਮੇਰਾ ਸਿੱਖ ਬਣ ਜਾ। ਆਹ ਦੇਖ ਲਓ ਜਿੱਥੇ ਹੁਣ ਆਪਾਂ ਸਾਖੀ ਸੁਣਦੇ ਜਾ ਰਹੇ ਹਾਂ, ਜਿਹਨੂੰ ਕਹਿੰਦੇ ਸੀ ਮਹਾਰਾਜ ਭਾਈ ਨਾਮ ਜਪੋ, ਕਿਰਤ ਕਰੋ, ਧਰਮਸ਼ਾਲਾ ਬਣਾਓ, ਆਏ ਗਏ ਦੀ ਸੇਵਾ ਕਰਿਆ ਕਰੋ, ਐਂ ਤਾਂ ਨਹੀਂ ਕਿ ਮੇਰੇ ਸਿੱਖ ਬਣ ਜਾਓ, ਨਾਮ ਨਾਲ ਜੋੜੇ ਨੇ। ਹੁਣ ਸਿੱਖ ਕਿਵੇਂ ਬਣੇ ਜਾ, ਗੁਰੂ ਨਾਨਕ ਨੇ ਕਿਹਾ ਹੀ ਨਹੀਂ ਸਿੱਖ ਬਣਨ ਨੂੰ, ਬਣੇ ਕਿਵੇਂ, ਜਦੋਂ ਗੁਰੂ ਨਾਨਕ ਗੁਰਮੁਖ ਉਪਦੇਸ਼ ਦਿੰਦੇ ਸੀ, ਬਾਣੀ ਪੜ੍ਹਦੇ ਸੀ, ਕਥਾ ਸੁਣਾਉਂਦੇ ਸੀ ਨਾ, ਉੱਥੇ ਬੈਠ ਕੇ ਬਚਨ ਸੁਣਾਉਂਦੇ ਸੀ, ਉਹਨਾਂ ਬਚਨਾਂ ਨੂੰ ਸੁਣ ਕੇ ਹੀ ਹੱਥ ਬਣ ਕੇ ਖੜ ਜਾਂਦੇ ਸੀ ਅਗਲੇ ਜੀ, ਮੈਨੂੰ ਆਪਣਾ ਸਿੱਖ ਬਣਾ ਲਓ, ਅਜਖੇ ਆਖੋ ਸਤਨ। ਗੁਰੂ ਨਾਨਕ ਨੇ ਨਹੀਂ ਕਿਹਾ, ਗੁਰੂ ਨਾਨਕ ਦੇ ਬਚਨਾਂ ਦਾ ਪ੍ਰਭਾਵ ਸੀ, ਸਮਝਾਉਣ ਦਾ ਤਰੀਕਾ, ਵੇ ਆਫ ਕਨਵਿੰਸਿੰਗ, ਸਮਝਾਉਣ ਦਾ ਢੰਗ ਐਸਾ ਸੀ, ਜਿਹਨੂੰ ਸੁਣਾਉਣਾ ਬਚਨ ਕਹਿਣਾ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ, ਦੁਨੀਆ ਸਿੱਖ ਬਣ ਗਈ। ਸਾਡੇ ਕੋਲ ਤਰੀਕਾ ਹੈ ਨਹੀਂ, ਅਸੀਂ ਜਿੰਨਾ ਮਰਜ਼ੀ ਸੁਣਾ ਲਈਏ, ਹੁਣ ਤਾਂ ਸਾਡੇ ਆਪਦੇ ਹੀ ਭੱਜ ਗਏ ਗੁਰਮੁਖੋਂ, ਪਤਾ ਨਹੀਂ ਕਿੱਧਰ ਕਿੱਧਰ ਜਾ ਵੜੇ ਨੇ, ਪਤਾ ਨਹੀਂ ਕਿਹੜੇ ਕਿਹੜੇ ਪੰਥਾਂ 'ਚ ਰਲ ਗਏ, ਸਾਨੂੰ ਪ੍ਰਚਾਰ ਕਰਨਾ ਆਇਆ ਹੀ ਨਹੀਂ। ਮਾਫ ਕਰਿਓ, ਅਸੀਂ ਤੁਹਾਨੂੰ ਸਿਖਾਤਾ ਜੀ ਗੁਰਦੁਆਰੇ ਦੇਗ ਵੀ ਚੜ੍ਹਾਈ ਦੀ ਹੈ, ਤੁਹਾਨੂੰ ਸਿਖਾਤਾ ਵੀ ਇੱਥੇ ਰੁਮਾਲਾ ਸਾਹਿਬ ਵੀ ਚਾੜ੍ਹੀ ਦਾ, ਮਾਇਆ ਵੀ ਚਾੜ੍ਹੀ ਦੀ ਹੈ, ਤੁਹਾਨੂੰ ਸਿਖਾਤਾ ਵੀ ਇੱਥੇ ਗੁਰਦੁਆਰੇ ਨੂੰ ਮਾਰਬਲ ਵੀ ਲਾਓ, ਕਲਸ ਵੀ ਚਾੜੋ। ਮਾਰਬਲ ਤਾਂ ਸਾਡੇ ਕਾਰ ਸੇਵਲੇ ਬਾਬੇ ਨੇ ਇੰਨਾ ਕਲਾਤਾ ਵੀ ਮਕੜਾਣਾ ਵੀ ਮਕਾਤਾ, ਅਜਖੇ ਆਖੋ ਸਤਰ, ਮਕੜਾਣੇ ਦੇ ਵੀ ਗੁਰਮੁਖ ਪਹਾੜ ਖਤਮ ਕਰਤਾ, ਇੰਨਾ ਕੁ ਪੱਥਰ ਲਾਤਾ, ਗੁਰੂ ਘਰ ਜ਼ਰੂਰ ਲਾਓ, ਸਾਡੇ ਗੁਰੂ ਦਾ ਉੱਚਾ ਸੁੱਚਾ ਸੁੰਦਰ ਦਰਬਾਰ ਜਿੰਨਾ ਹੋਵੇ ਥੋੜ੍ਹਾ, ਗੁਰੂ ਬਹੁਤ ਵੱਡਾ, ਸਭ ਕੁਛ ਸਿਖਾਤਾ ਵੀ ਖੰਡ ਪਾਠ ਵੀ ਕਰਾਓ ਜੀ, ਦੇਗਾਂ ਵੀ ਕਰਾਓ ਜੀ, ਆਹ ਵੀ ਕਰੋ, ਉਹ ਵੀ ਕਰੋ, ਪਰ ਇਹ ਨਹੀਂ ਦੱਸਿਆ ਵੀ ਜਿਹਦੇ ਵਾਸਤੇ ਇਹ ਕਰਨਾ ਉਹ ਗੁਰੂ ਜੀ ਕੌਣ ਨੇ, ਅਜਖੇ ਆਖੋ ਸਤਨਾਮ, ਵੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕੀ ਹੈ ਉਹ ਨਹੀਂ ਅਸੀਂ ਦੱਸ ਸਕੇ। ਆਲਾ ਦੁਆਲਾ ਬਿਲਡਿੰਗਾਂ ਬਣਾਉਣ ਨੂੰ ਸਭ ਕੁਝ ਦੱਸ ਦਿੱਤਾ, ਪਰ ਦੱਸਿਆ ਨਹੀਂ ਵੀ ਗੁਰੂ ਕੌਣ ਹੈ, ਗੁਰੂ ਦਾ ਮਕਸਦ, ਗੁਰੂ ਦਾ ਉਪਦੇਸ਼ ਕੀ ਹੈ, ਉਹ ਅਸੀਂ ਘਰ ਘਰ ਨਹੀਂ ਪਹੁੰਚਾ ਸਕੇ। ਡਾਕਟਰ ਮੁਹੰਮਦ ਇਕਬਾਲ ਨੇ ਬਹੁਤ ਸੁੰਦਰ ਬਚਨ ਆਖਿਆ, ਉਹਨੇ ਲਿਖਿਆ ਤਾਂ ਕਿਸੇ ਆਪਦੀ ਮੌਜ ਵਿੱਚ ਹੋਰ ਵਾਸਤੇ, ਪਰ ਮੈਨੂੰ ਲੱਗਿਆ ਵੀ ਸਿੱਖਾਂ ਵਾਸਤੇ ਲਿਖਿਆ ਉਹਨੇ, ਬਹੁਤ ਕਮਾਲ ਦਾ ਬਚਨ ਆਖਿਆ ਡਾਕਟਰ ਮੁਹੰਮਦ ਇਕਬਾਲ ਨੇ। ਉਹ ਕਹਿੰਦਾ, ਬਹੁਤ ਗੌਰ ਸੇ ਸੁਣ ਰਹਾ ਥਾ ਜ਼ਮਾਨਾ,
ਹਮਾਰੀ ਦਾਸਤਾਂ। ਸਾਡੀ ਗੱਲ ਪਾ ਬਾਣੀ ਦੀ ਗੱਲ ਦੁਨੀਆ ਬੜੇ ਧਿਆਨ ਨਾਲ ਸੁਣ ਰਹੀ ਸੀ। ਤੁਸੀਂ ਬਜ਼ੁਰਗ ਬੈਠੇ ਹੋ ਮੇਰੇ ਹਾਣ ਦੇ, ਮੇਰੇ ਤੋਂ ਵੱਡੇ, ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ। ਉਹ ਸਮਾਂ ਸੀ ਅਖੰਡ ਪਾਠ ਹੋਣਾ ਗੁਰਦੁਆਰੇ ਕਿਤੇ ਸਾਲ 'ਚ ਇੱਕ ਅੱਧੀ ਵਾਰ ਕਰਾਉਂਦੇ ਹੁੰਦੇ ਆਪਾਂ, ਜਾਂ ਦੋ ਵਾਰੀ। ਪਰ ਤਿੰਨੇ ਦਿਨ ਸੰਗਤ ਗੁਰਦੁਆਰੇ 'ਚ ਜੰਮ ਕੇ ਬਹਿੰਦੀ ਸੀ, ਪੂਰੀ ਪੂਰੀ ਰਾਤ ਬਹਿ ਕੇ ਅਖੰਡ ਪਾਠ ਸੁਣਨਾ। ਗ੍ਰੰਥੀ ਸਿੰਘ ਨੂੰ ਲੰਘ ਕੇ ਜਾਣ ਨੂੰ ਜਗ੍ਹਾ ਨਹੀਂ ਸੀ ਮਿਲਦੀ ਹੁੰਦੀ, ਬਈ ਮਸਾਂ ਮਸਾਂ ਅਖੰਡ ਪਾਠ ਹੋਇਆ ਸੀ ਸੁਣ ਦੀਏ, ਸਾਰੇ ਕੰਮ ਛੱਡ ਕੇ ਆ ਕੇ ਬਹਿ ਜਾਂਦੇ ਸਮਾਧੀਆਂ ਲਾ ਕੇ। ਉਦੋਂ ਲੰਘਣ ਨੂੰ ਜਗ੍ਹਾ ਨਹੀਂ ਸੀ ਮਿਲਦੀ ਹੁੰਦੀ। ਹੁਣ ਅਖੰਡ ਪਾਠ ਕਰਾ ਕੇ ਦੇਖ ਲਿਓ ਘਰੇ, ਹੁਣ ਦੇਖਦੇ ਪਹਿਰੇ 'ਤੇ ਕੋਈ ਬੈਠਣ ਨੂੰ ਤਿਆਰ ਨਹੀਂ। ਅੱਜ ਕੇ ਆਖੋ ਸਤਨਾਮ, ਵੀ ਕੋਈ ਧੂਫ ਲਾਉਣ ਨੂੰ ਬਹਿ ਜਾਵੇ, ਕੋਈ ਦੇਖਦੇ ਪਹਿਰੇ 'ਤੇ ਬਹਿ ਜਾਵੇ, ਆਏ ਨੂੰ ਦੇਖ ਦੇ ਦੇਵੇ। ਜੇ ਗ੍ਰੰਥੀ ਸਿੰਘ ਕਹਿਣਗੇ ਜੇ ਕੋਈ ਸੇਵਾਦਾਰ ਬਿਠਾ ਦਿਓ, ਕੋਈ ਕੁੱਤਾ ਬਿੱਲਾ ਨਾ ਆ ਜਾਵੇ, ਬੇਅਦਬੀ ਨਾ ਕਰ ਜਾਵੇ ਦੇਖਦੀ। ਹੁਣ ਅਸੀਂ ਪੜ੍ਹ ਗਏ ਮਾਡਰਨ ਬਣ ਗਏ, ਉਹਨੂੰ ਕਹਿਣਗੇ ਬਾਬਾ ਆਹ ਤੂੰ ਪਾਠ ਤਾਂ ਕਰਦਾ, ਤੈਂ ਤਾਂ ਇੱਥੇ ਹੀ ਬੈਠਣਾ, ਆਹ ਡੰਡਾ ਤੇਰੇ ਕੋਲ ਰੱਖ ਦੇਣਾ, ਜੇ ਕੁੱਤਾ ਆਇਆ ਤਾਂ ਆਪੇ ਹੀ ਮੋੜ ਦੇਈ। ਅੱਜ ਕੇ ਆਖੋ ਸਤ, ਸਾਡੇ ਕੋਲ ਟਾਈਮ ਕਿੱਥੇ, ਅਸੀਂ ਟੀ ਵੀ ਵੇਖਣਾ, ਆਇਆ ਕਹਿੰਦਾ ਗੱਪ ਸ਼ੱਪ ਵੀ ਵੱਢਣੇ ਨੇ, ਚੁਗਲੀਆਂ ਵੱਢਣੀਆਂ ਨੇ, ਰਿਸ਼ਤੇਦਾਰ ਵੀ ਸਾਂਭਣੇ ਨੇ, ਆਓ ਭਗਤ ਵੀ ਕਰਨੇ, ਸਾਡੇ ਕੋਲ ਟਾਈਮ ਕਿੱਥੇ। ਫਿਰ ਕਹਿੰਦਾ ਮੇਰੇ ਅਖੰਡ ਪਾਠ ਕਰਾ ਲਿਆ। ਉਹ ਗ੍ਰੰਥੀ ਕਰਨ ਵਾਲੇ ਕਰ ਗਏ, ਤੁਸੀਂ ਭੇਟਾ ਦਿੱਤੀ, ਫਲ ਤੁਹਾਨੂੰ ਕਿੱਥੋਂ ਬਿਨਾਂ ਸੇਵਾ ਤੋਂ, ਨਾ ਬਹਿ ਕੇ ਬਾਣੀ ਸੁਣੀ, ਨਾ ਹੱਥੀ ਸੇਵਾ ਕੀਤੀ, ਨਾ ਭਾਂਡੇ ਮਾਂਜੇ ਵਜ਼ੀਰਾਂ ਦੇ, ਸੇਵ ਫਲ ਕਿੱਥੋਂ। ਗੁਰੂ ਕੇ ਪਿਆਰੇ ਹੋ, ਗੁਰੂ ਨਾਨਕ ਨੇ ਕਿਸੇ ਕਿਹਾ ਹੀ ਸਿੱਖ ਬਣ ਜਾ ਦੁਨੀਆ ਸਿੱਖ ਬਣ ਗਈ। ਡਾਕਟਰ ਮੁਹੰਮਦ ਇਕਬਾਲ ਕਹਿੰਦੇ ਬਹੁਤ ਗੌਰ ਸੇ ਸੁਣ ਰਿਹਾ ਥਾ ਜਮਾਨਾ ਹਮਾਰੀ ਦਾਸਤਾਂ, ਪਰ ਕਹਿੰਦਾ ਅਫਸੋਸ ਹਮ ਸੁਣਾਤੇ ਸੁਣਾਤੇ ਹੀ ਸੌ ਗਏ। ਅਸੀਂ ਸੁਣਾਉਣ ਵਾਲੇ ਹੀ ਸੌ ਗਏ, ਦੁਨੀਆਂ ਨੂੰ ਗੁਰੂ ਨਾਨਕ ਦੀ ਗੱਲ ਸੁਣਾ ਹੀ ਨਹੀਂ ਸਕੇ। ਅਜਿਖੇ ਆਖੋ ਸਤ, ਸੁਣਾਉਂਦੇ ਸੁਣਾਉਂਦੇ ਸੌ ਗਏ, ਭਾਵ ਚੁੱਪ ਹੀ ਕਰਕੇ ਪ੍ਰਚਾਰ ਹੀ ਬੰਦ ਕਰਤਾ, ਦੁਨੀਆਂ ਨੂੰ ਪਤਾ ਕੀ ਲੱਗੇ ਗੁਰਮੁਖੋ ਵੀ ਗੁਰੂ ਨਾਨਕ ਦਾ ਉਪਦੇਸ਼ ਕੀ ਹੈ। ਜੇ ਅਸੀਂ ਗੁਰੂ ਨਾਨਕ ਦੀ ਬਾਣੀ ਉਪਦੇਸ਼ ਘਰ ਘਰ ਪਹੁੰਚਾ ਦਿੰਦੇ ਨਾ, ਅੱਜ ਸਾਰਾ ਸੰਸਾਰ ਸਿੱਖ ਬਣਿਆ ਹੋਣਾ ਸੀ, ਸਾਰਾ ਸੰਸਾਰ ਸਿੱਖ ਬਣਿਆ ਹੁੰਦਾ। ਸਾਤੋਂ ਗੁਰੂ ਨਾਨਕ ਦੀ ਗੱਲ ਘਰ ਘਰ ਪਹੁੰਚਾਈ ਹੀ ਨਹੀਂ ਗਈ, ਉਹ ਉਪਦੇਸ਼ ਗੁਰੂ ਨਾਨਕ ਦਾ ਘਰ ਘਰ ਤੱਕ ਸਾਤੋਂ ਕੋਲੋਂ ਪਹੁੰਚਾਇਆ ਨਹੀਂ ਗਿਆ। ਇੱਕ ਜਾਫਰ ਜੀ ਹੋਏ ਨੇ ਬੜੇ ਕਮਾਲ ਦੇ ਕਵੀ, ਉਹ ਵੀ ਲਿਖਦੇ ਨੇ ਐ ਜਾਫਰ ਕਿਆ ਕਹੂੰ ਕਿਆ ਕਹੂੰ, ਕਿਸ ਤੇ ਪੁੱਛੂ ਮੰਜ਼ਲੇ ਮੁਕਾਂ, ਕਿਹਨੂੰ ਪੁੱਛਾਂ ਵੀ ਮੰਜ਼ਿਲ ਕਿੱਥੇ ਹੈ। ਜਿਵੇਂ ਆਪਾਂ ਰਾਹ ਪੁੱਛਦੇ ਨੇ ਭਾਈ ਆਹ ਪਿੰਡ, ਆਹ ਕਿਹੜੇ ਪਿੰਡ ਨੂੰ ਰਾਹ ਜਾਂਦਾ, ਅੱਗੇ ਕਿਹੜਾ ਪਿੰਡ ਆਊਗਾ, ਕਿੰਨੀ ਕੁ ਦੂਰ ਆ, ਆਪਾਂ ਰਾਹ ਪੁੱਛਦੇ ਨਾ। ਜਾਫਰ ਕਹਿੰਦੇ ਕਿਸ ਤੇ ਪੁੱਛੂ ਮੰਜ਼ਲੇ ਮੁਕਾਂ, ਉਹ ਕਹਿੰਦਾ ਜੋ ਬਤਾਉਣੇ ਵਾਲੇ ਥੇ ਨਾ, ਜੋ ਬਤਾਉਣੇ ਵਾਲੇ ਥੇ ਵੋ ਬਤਾ ਨਹੀਂ ਸਕੇ, ਕਿਹਨੂੰ ਪੁੱਛਾਂ, ਕਹਿੰਦਾ ਕੋਈ ਦੱਸਣ ਵਾਲਾ ਰਿਹਾ ਹੀ ਨਹੀਂ। ਇਹ ਗੱਲਾਂ ਸਾਡੇ 'ਤੇ ਨੇ ਸਿੱਖੋ, ਐਡਾ ਵੱਡਾ ਖਜ਼ਾਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਨੇ ਬਖਸ਼ਿਆ, ਪਰ ਆਪਾਂ ਨੂੰ ਗੁਰਦੁਆਰੇ 'ਚ ਮੱਥੇ ਟੇਕਣ ਤੱਕ ਹੀ ਸਾਂਭ ਲਿਆ। ਜਿੱਥੇ ਆਖੋ ਸਤਨਾਮ, ਵੀ ਸੁਬਹਾ ਸ਼ਾਮ ਰਹਿ ਰਾਸ ਹੋ ਜਾਵੇ ਅਤੇ ਜਪਜੀ ਸਾਹਿਬ ਦਾ ਪਾਠ ਹੋ ਜਾਵੇ, ਦੇਗ ਚੜ੍ਹਾ ਦਿਉ, ਮੱਥਾ ਟੇਕ ਦਿਉ, ਮੁੜ ਕੇ ਆਰਾਮ ਨਾਲ ਘਰ ਨੂੰ ਜਾਓ। ਅਸੀਂ ਬੰਨ ਕੇ ਬਿਠਾ ਲਿਆ ਗੁਰੂ ਨਾਨਕ ਨੂੰ, ਗੁਰੂ ਨਾਨਕ ਦੀ ਬਾਣੀ ਨੂੰ ਅਸੀਂ ਘਰ ਘਰ ਪਹੁੰਚਾ ਹੀ ਨਹੀਂ ਸਕੇ। ਜਿਨ ਕੋ ਖਬਰ